ਅਕਾਲ ਜੀ ਜੀ ਆਉਣ ਨੂੰ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਾਂਝਾ ਰੇਡੀਓ ਤੇ ਨਾਲ ਨਾਲ ਜੀ ਯੈਸ ਟੀਵੀ ਤੇ ਵੀ ਫਿਲਹਾਲ ਜੀ ਮੈਂ ਤੁਹਾਨੂੰ ਇਹ ਦੱਸ ਦੇਣੀ ਕਿ ਮੈਂ ਸਮੇਂ ਸਮੇਂ ਦੇ ਵਿੱਚ ਤੁਹਾਡੇ ਨਾਲ ਫੇਸ ਟੂ ਫੇਸ ਰੂਬਰੂ ਹੁੰਦੀ ਰਹਿੰਦੀ ਹਾਂ ਜੀ ਵੀਡੀਓ ਦੇ ਮਾਧਿਅਮ ਦੇ ਨਾਲ ਤੇ ਨਾਲ ਹੀ ਜੀ ਸਾਡੇ ਯੂਟਿਊਬ ਚੈਨਲ ਯੈਸ ਟੀਵੀ ਦੇ ਨਾਲ ਮੈਂ ਤੁਹਾਨੂੰ ਇੱਥੇ ਵੀ ਅੱਜ ਆਪਣਾ ਕੋਈ ਵਿਚਾਰ ਸਾਂਝਾ ਕਰਨ ਲਈ ਆਈ ਹਾਂ ਤੇ ਨਾਲ ਹੀ ਜੇਕਰ ਤੁਸੀਂ ਵੀ ਆਪਣਾ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਜੀ ਕਮੈਂਟ ਸੈਕਸ਼ਨ ਤੇ ਕਮੈਂਟ ਕਰਕੇ ਫਿਲਹਾਲ ਜੀ ਜਿਹੜਾ ਮੇਰਾ ਅੱਜ ਦਾ ਵਿਚਾਰ ਹੈ ਉਹ ਇਹ ਹੈ ਕਿ ਸਾਨੂੰ ਕਦੇ ਵੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਡਿਸੀਜਨ ਜਿਹੜੇ ਨੇ ਉਹ ਬਦਲਨੇ ਬਿਲਕੁਲ ਵੀ ਨਹੀਂ ਚਾਹੀਦੇ ਕਿਉਂਕਿ ਬਈ ਜਿਹੜੀ ਚੀਜ਼ ਵਿੱਚ ਸਾਡਾ ਇੰਟਰਸਟ ਨਹੀਂ ਹੈਗਾ ਤੇ ਜਿਹੜਾ ਇੱਕ ਵਾਰੀ ਅਸੀਂ ਫੈਸਲਾ ਲੈ ਚੁੱਕੇ ਹਾਂ ਬੜੇ ਹੀ ਸੋਚ ਸਮਝ ਕੇ ਲਿੱਤਾ ਹੋਏਗਾ ਤੇ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਨਾਪ ਤੋਲ ਕੇ ਲਿੱਤਾ ਹੋਏਗਾ ਪਰ ਫਿਰ ਅਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਦੇ ਸਲਾਹ ਮਸ਼ਵਰੇ ਨਾਲ ਚੱਲ ਕੇ ਆਪਣੀ ਜ਼ਿੰਦਗੀ ਨੂੰ ਕਾਮਯਾਬੀ ਦੇ ਰਾਹ ਤੋਂ ਕਿੱਦਾਂ ਪਿੱਛੇ ਹਟਾ ਸਕਦੇ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਅਸੀਂ ਕੁਝ ਅਜਿਹੇ ਫੈਸਲੇ ਲੈ ਲੈਂਦੇ ਹਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਜਿਹਦੇ ਵਿੱਚ ਸਾਡਾ ਬਿਲਕੁਲ ਵੀ ਇੰਟਰਸਟ ਨਹੀਂ ਹੁੰਦਾ ਜਾਂ ਫਿਰ ਜੋ ਅਸੀਂ ਬਿਲਕੁਲ ਵੀ ਨਹੀਂ ਕਰਨਾ ਚਾਹੁੰਦੇ ਪਰ ਲੋਕੀ ਕਈ ਵਾਰੀ ਇੰਨਾ ਵਧਾ ਚੜਾ ਕੇ ਦੱਸਦੇ ਨੇ ਵੀ ਅਸੀਂ ਇਹ ਕੀਤਾ ਅਸੀਂ ਇਹ ਜੁਆਇਨ ਕੀਤਾ ਸੀ ਸਾਨੂੰ ਇਹ ਮਿਲ ਗਿਆ ਅੱਜ ਸਾਡੀ ਐਡੀ ਵੱਡੀ ਜੋਬ ਹੈ ਜਾਂ ਫਿਰ ਇਹ ਕੁਝ ਹੈ ਇਹ ਉਹਨਾਂ ਦਾ ਇੰਟਰਸਟ ਸੀ ਤਾਂ ਹੀ ਉਹ ਕਾਮਯਾਬ ਹੋ ਗਏ ਤੁਹਾਡਾ ਉਹਦੇ ਵਿੱਚ ਇੰਟਰਸਟ ਨਹੀਂ ਹੈਗਾ ਤੁਸੀਂ ਉਹ ਚੀਜ਼ ਕਰਨ ਜਾਓਗੇ ਤਾਂ ਤੁਸੀਂ ਕਾਮਯਾਬ ਨਹੀਂ ਹੋਵੋਗੇ ਤੇ ਤੁਸੀਂ ਫੇਡ ਅਪ ਹੋ ਜਾਓਗੇ ਤੇ ਨਾਲ ਹੀ ਤੁਹਾਡਾ ਜਿਹੜਾ ਕਰੀਅਰ ਹੈ ਉਹ ਵੀ ਕਿਤੇ ਨਾ ਕਿਤੇ ਡਾਵਾਡੋਲ ਹੋ ਜਾਏਗਾ ਤੇ ਮੈਂ ਤੁਹਾਨੂੰ ਇੱਥੇ ਇਹੀ ਕਹਿਣਾ ਚਾਹੁੰਦੀ ਹਾਂ ਵੀ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਦੇ ਵੀ ਡਿਸੀਜਨਸ ਨੂੰ ਨਾ ਬਦਲੋ ਹਾਂ ਆਪਣੇ ਤੋਂ ਵੱਡਿਆਂ ਦੀ ਹੈਲਪ ਜ਼ਰੂਰ ਲੈਣੀ ਚਾਹੀਦੀ ਹੈ ਉਹਨਾਂ ਕੋਲੋਂ ਪੁੱਛਣਾ ਜ਼ਰੂਰ ਚਾਹੀਦਾ ਹੈ ਪਰ ਜੇਕਰ ਤੁਸੀਂ ਜ਼ਿਆਦਾ ਹੀ ਟਰਸਟ ਕਿਸੇ ਤੇ ਕਰਨਾ ਹੈ ਤਾਂ ਉਹ ਸਿਰਫ ਆਪਣੇ ਪੇਰੈਂਟਸ ਤੇ ਕਰੋ ਕਿਉਂਕਿ ਇੱਕ ਕੇਵਲ ਸਾਡੇ ਪੇਰੈਂਟਸ ਹੀ ਹੁੰਦੇ ਨੇ ਜੋ ਸਾਡਾ ਹਮੇਸ਼ਾ ਹਰ ਸਿਚੁਏਸ਼ਨ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਤੇ ਹਮੇਸ਼ਾ ਸਾਨੂੰ ਸਹੀ ਹੀ ਸਲਾਹ ਦਿੰਦੇ ਨੇ ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਗਾਈਡ ਸਾਡੇ ਉਹੀ ਹੁੰਦੇ ਨੇ ਜੇਕਰ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਕੋਈ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਮੈਂ ਜਿਸ ਬਾਰੇ ਗੱਲ ਕਰ ਰਹੀ ਸੀ ਉਹ ਇਹ ਸੀ ਕਿ ਜਿਵੇਂ ਕਿ ਹੁਣੇ ਹੁਣੇ ਬੱਚਿਆਂ ਦੇ ਰਿਜ਼ਲਟਸ ਆਏ ਨੇ ਜਿਵੇਂ ਕਿ ਜਿਹੜੇ ਬੱਚਿਆਂ ਨੇ 10th ਪਾਸ ਆਊਟ ਕੀਤੀ ਹੈ ਉਹਨਾਂ ਨੇ ਪਲੱਸ 1 ਦੇ ਵਿੱਚ ਜਾਣਾ ਹੈ ਇੱਕ ਨਈ ਸਟ੍ਰੀਮ ਨੂੰ ਜੁਆਇਨ ਕਰਨਾ ਹੈ ਨਵਾਂ ਸਬਜੈਕਟ ਲੈਣਾ ਹੈ ਤੇ ਜਿਹੜੇ ਬੱਚਿਆਂ ਨੇ ਪਲੱਸ 2 ਪਾਸ ਕੀਤੀ ਉਹਨਾਂ ਨੇ ਕਾਲਜ ਜੁਆਇਨ ਕਰਨਾ ਹੈ ਉਹਨਾਂ ਨੇ ਵੀ ਇੱਕ ਅਗਲੀ ਇੱਕ ਕਦਮ ਵਧਾਣਾ ਹੈ ਆਪਣੇ ਕੈਰੀਅਰ ਦਾ ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਬਈ ਚੰਗੀ ਸਲਾਹ ਲਓ ਤੇ ਆਪਣੇ ਇੰਟਰਸਟ ਦੇ ਨਾਲ ਹੀ ਆਪਣੀ ਸਟ੍ਰੀਮ ਨੂੰ ਚੁਣੋ ਫਿਲਹਾਲ ਜੀ ਮੈਨੂੰ ਦਵੋ ਇਜਾਜ਼ਤ ਆਪਣਾ ਰੱਖਿਓ ਖਿਆਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵਾਸਤੇ ਰਹੋ ਰੱਬ ਰਾਖਾ